میرے پیو دا تخت سنبھال گدائی
ਕਾਲੀ ਵੱਲ ਆਈ ਮੈਂ ਸਦ ਕੀਤੀ ਮਾਂ ਘਰ ਤੂੰ ਮਸਜਿਦ ਮਸਜਿਦ ਤੂੰ ਬਾਬੇ ਦੀ ਕਬਰ ਫਿਰ ਘਰ ਉਲਮਾ ਟਾਈਮ ਲਿਖਿਆ ਪੌਣੇ ਚਾਰ ਘੰਟੇ ਫਿਰ ਸੁਣੋ ਘਰ ਤੂੰ ਮਸਜਿਦ ਮਸਜਿਦ ਤੂੰ ਬਾਬੇ ਦੀ ਕਬਰ ਬਾਬੇ ਦੀ ਮਜ਼ਾਰ ਤੂੰ ਘਰ ਟਾਈਮ ਪੌਣੇ ਚਾਰ ਘੰਟੇ ਆ ਕੇ ਆਪਣੀ ਮਸਨਤ ਤੇ ਬੈਠੇ ਵੱਡੀ ਸ਼ਹਿਜ਼ਾਦੀ ਕੰਡ ਵਾਲੇ ਪਾਸੋਂ ਆ ਖੜੀਏ ਕਦੀ ਬੀਬੀ ਤੁਸੀਂ ਨਮਾਜ਼ ਪੜ੍ਹਨੀ ਹੈ ਮੈਂ ਪੁੱਛਦੀਆਂ ਮੁਸਲਮਾਨ ਡੈਂਦੀਆਂ ਨਬੀ ਦੀ ਧੀ ਦਾ ਮੁਸਲੇ ਮੇਰੀ ਸੈਨ ਸਰ ਚਾ ਕੇ ਦਲਾਲੀ ਮੈਂ ਪੁੱਛਣਾ ਮੈਂ ਤੇਰੀ ਮਾਂ ਬਤੂਲਾ ਕਿਆ ਬਾਤ ਹੈ ਅੰਮ੍ਰਿਤਸਰ ਦੇ ਬਾਹਰ ਸਫੈਦ ਹੱਥ ਨਹੀਂ ਮਿਲਣਾ ਬੀਬੀ ਅਜੀ ਜਿਹੜੀ ਦਰਬਾਰ ਦੀ ਹਾਲਤ ਦੇਖ ਰਹੀਆਂ ਨਾ ਬਿਰਾ ਬਚਦੇ ਨੇ ਨਾ ਬੁਰਖ ਬਚਦੇ ਮੈਂ ਸਦ ਕੀਤੀ ਪਵਾਂ ਬਹੁ ਦੁੱਖ ਨੇ ਮੇਰੀ ਸਾਈਡ ਦੇ ਸਾਰੇ ਤੋਂ ਮੈਂ ਅਰਜ਼ ਨਹੀਂ ਕਰ ਸਕਦਾ ਬਹੁ ਰੋਵਿਆ ਬਾਬੇ ਕੋ ਮਦੀਨੇ ਦੇ ਲੋਕ ਅਲੀ ਦੇ ਦਰ ਤੇ ਆਏ ਦਸਤਕ ਦਿੱਤੀ ਸੈਨ ਸ਼ਾਹ ਤਸਲੀਮ ਦਿੰਦਾ ਹੈ ਨਬੀ ਦੀ ਧੀ ਕੁਆ ਕਰੋਣ ਦਾ ਟਾਈਮ ਮੁਕਰਰ ਕਰੇ ਮੈਨੂੰ ਮੁਸਲਮਾਨ ਹੋ ਸ਼ਰੀਅਤ ਦੇ ਬਾਣੀ ਦੀ ਧੀ ਹੈ ਉੱਚਾ ਕੁਰਾਨ ਹੀ ਨਹੀਂ ਪੜ੍ਹਦੀ ਯਾਰੀ ਅਸਾਂ ਨਬੀ ਦੀ ਧੀ ਦੀ ਆਵਾਜ਼ ਨਹੀਂ ਸੁਣੀ ਜਾਂ ਇਹਦੇ ਬੱਚੇ ਮਾਵਾਂ ਦਾ ਦੁੱਧ ਛੋੜ ਦਿੰਦੇ ਪਰਿੰਦੇ ਘੌਂਸਲੇ ਛੋੜ ਦਿੰਦੇ ਜ਼ਮੀਨ ਮਦੀਨਾ ਮੁਕਰਾਰ ਨਹੀਂ ਹੁੰਦਾ ਸੱਕ ਪੱਕ ਹੀ ਰਹਿੰਦੇ ਵੱਧ ਰੋਣ ਨਿਕਲਦੀ ਸ਼ਹਿਨਸ਼ਾਹ ਫਰਮਾਨ ਮੈਂ ਘਰ ਆਇਆ ਸੋਚ ਕੀ ਆਇਆ ਨਬੀ ਦੀ ਧੀ ਵਾਕਸਾਂ ਪਿਓ ਦੇ ਉਮਤੀ ਹੈ ਖੜੇ ਨੀ ਟੋਲਣ ਦਾ ਟਾਈਮ ਮੁਕਰਰ ਕਰ ਸ਼ਹਿਨਸ਼ਾਹ ਖੁਦ ਫਰਮਾਨ ਦੇ ਲੈ ਮੈਂ ਘਰ ਆਇਆ ਤੇ ਮੈਂ ਜਿੱਠੀ ਹੈ ਨਾ ਹਸਨੈਨ ਦੀ ਅੰਮਨ ਦੀ ਹਾਲਤ ਆਪਣੇ ਹੁਜਰ ਚਲੇ ਗਏ ਤੇ ਆਪਣੇ ਆਪ ਕੁਆ ਦੇ ਹਾਏ ਅਲੀ ਕੁੱਠੇ ਹੋਏ ਪਰਿੰਦੇ ਕੁਆ ਦੇ ਤੜੇ ਫਨਈ ਦੂਜੇ ਦੀ ਲੋਕ ਵੱਧ ਹੈ ਬਜ਼ੁਰਗਾ ਸ਼ਹਿਨਸ਼ਾਹ ਵੱਧ ਹੈ ਕੱਲ ਆਇਆ ਸੀ ਅੱਜ ਵੱਧ ਹੈ ਖੜੇ ਅਗਰ ਤੁਹਾਡੇ ਆਖੇ ਨਾਲ ਚੁੱਪ ਡੱਕਰੇ ਸਭ ਚੁੱਪ ਕਰਾਵਣ ਦੀ ਦਾ ਸ਼ਹਿਨਸ਼ਾਹ ਵੱਧ ਘਰ ਤਸਦੀਕ ਕਹਿੰਦਾ ਨਬੀ ਦੀ ਧੀ ਜੀ ਯਾ ਅਲੀ ਉਮਤੀ ਆਏ ਖੜੇ ਨੇ ਰੋਵਣ ਦਾ ਵਕਤ ਮੁਕਰਰ ਕਰਾ ਦੇ ਮੈਂ ਕਦਾ ਉੱਚਾ ਰੋਂਦੀ ਹਾਂ ਪਰ ਮੈਨੇ ਗੱਲ ਮੈਂ ਕੀਤੀ ਹੈ ਹਰ ਹਾਲ ਲੋਕ ਤਰੇ ਰੋਵਣ ਤੋਂ ਬੇਚੈਨ ਯਾਰੀ ਉਹਨਾਂ ਨਾਲ ਵਾਅਦਾ ਕਰ ਰਹੇ ਹੋ ਅੱਜ ਤੋਂ ਬਾਅਦ ਮੈਂ ਮਦੀਨੇ ਘਰ ਬਾਬੇ ਪੁਨਰੋਸ ਮਦੀਨੇ ਤੋਂ ਬਾਹਰ ਅਲੀ ਅਲੈਹ ਸਲਾਮ ਨੇ ਕੋਠਾ ਬਣਾਇਆ ਜਿਹਦਾ ਨਾਂ ਰੱਖ ਦਿਆ ਬੈਤੁਲ ਹੁਜ਼ਨ ਤੁਸਾਂ ਸਸਲੇ ਨੇ ਬਾਰਗਾਹ ਪਹਿਲੀ ਪਹਿਲੀ ਬਾਰਗਾਹ ਕਿਆ ਅਲੀ ਸਰਕਾਰ ਬਣਾਈ ਬੀਬੀ ਪਾਕ ਬਣਵਾਈ ਪੁੱਤਰਾਂ ਦੀਆਂ ਪੁਨਾਲ ਲਾ ਕੇ ਉਸ ਇਮਾਮ ਬਾਰਗਾਹ ਚ ਰੋਇਆ ਕੁਝ ਦਿਨਾਂ ਦੇ ਬਾਅਦ ਮੁਸਲਮਾਨ ਆ ਉਹ ਜਲਾ ਚੋ ਮੇਰੇ ਤੋਂ ਜ਼ਿਆਦਾ ਜਾਣ ਵਾਲੇ ਲੋਕ ਬੈਠੇ ਹੋ ਤਰੇ ਚਾਰ ਮੀਲ ਦੇ ਫਾਸਲੇ ਤੇ ਉਹਦਾ ਲਈ ਪਹਾੜੀ ਹੈ ਹਾਜੀ ਬੈਠੀ ਹੋ ਸਨ ਮੇਰੀ ਤਈਦ ਤੇਰੇ ਸੰਜੇ ਖਾਂ ਮੇਰੇ ਹਮਜ਼ਾ ਦੀ ਮਜ਼ਾਰ ਹੈ ਉੱਥੇ ਜਾਲੀ ਦੇ ਦਰਖਤ ਹਨ ਉਹਨਾਂ ਦਰਖਤਾਂ ਹੇਠ ਰਾਤੀ ਧੀ ਰਬੀ ਦੀ ਵੰਜ ਹੁੰਦੀ ਹੈ ਅਲਾ ਜਾਣੇ ਕੀ ਹੋ ਜਾਏ ਮੁਸਲਮਾਨ ਹੈ ਦਰਖਤ ਕੀ ਤੱਕ ਛੋ ਅੱਜ ਜਾਏ ਬੀਬੀ ਪਾਕ ਵੱਲ ਲੈਣਾ
ਕੋਈ ਵੀਰਾ ਹੋਵੇ ਸਾਉ ਕੋ ਹਾਲ ਲੈਵਿਆ, ਕੋਈ ਭੈਣ ਹੋਵੇ ਸਾਉ ਕੋ ਦੱਸਿਆ। ਪ੍ਰੀਅਤ ਹੱਸ ਕੋਈ ਨਾ, ਧੀਆਂ ਛੋਟੀਆਂ ਨੇ ਸਿੱਧੀ ਪਿਉ ਦੀ ਕਬਰ ਤੇ ਗਈਏ, ਜ਼ਖਮੀ ਹੱਥ ਬਾਬੇ ਦੀ ਮਜ਼ਾਰ ਤੇ ਰੱਖਿਆ ਦੀ, ਬਾਬਾ ਹੁਣ ਮੈਂ ਥੱਕ ਪਈਆਂ। ਬਾਬਾ ਜਿਹੜੇ ਲੋਕ ਮਹਿਲ ਤੇ ਆਏ ਪਹਾੜਾਂ ਤੇ ਆਵੇ ਨਾ ਸੁਰਮਾ ਬਣ ਵੰਜਦਾ, ਨੀਹਾਂ ਤੇ ਆਵੇ ਨਾ ਰਾਤੀ ਬਣ ਵੰਜਦਾ। ਬਾਬਾ ਤੇਰੇ ਉਂਤਿਆਂ ਮੈਂ ਕਬਾਉਂ ਸਤਾਇਆ ਹੈ, ਬਾਬਾ ਮੇਰਾ ਹੱਥ ਖਸ ਕੀਤਾ ਨਹੀਂ, ਮੈਂ ਸਦਕੇ ਤੀ ਪਵਾਂ। ਬਾਬਾ ਮੇਰੇ ਤੇ ਜ਼ੁਲਮ ਬਹੁ ਕੀਤੇ ਨੇ, ਬਾਬਾ ਮੈਂ ਸਜੇ ਹੱਥ ਨਾਲ ਤਸਬੀਹ ਨਾ ਪੜ ਸਕਦੀ, ਬਾਬਾ ਮੈਂ ਅਲੀ ਦੀ ਤਾਜ਼ੀਮ ਤੋਂ ਕਾਸੇਰਾ ਉੱਠੀ ਨਾ ਸਕਦੀ, ਬਾਬਾ ਮੈਂ ਬਹੁ ਥੱਕ ਪਈ ਹਾਂ, ਪਿਉ ਦੀ ਕਬਰ ਤੇ ਸਿਰ ਰੱਖ ਸਿੰਦ ਰਹੀ ਹੈ, ਬਾਬੇ ਦੀ ਜ਼ਿਆਰਤ ਹੋਈ ਇਸ ਤੋਂ ਮੈਂ ਘਰ ਵੱਲ ਵੱਜ ਰੱਜ ਕੇ ਪੁੱਤਰਾਂ ਧੀਆਂ ਪਿਆਰ ਕਰ, ਮੈਂ ਤੈਨੂੰ ਕੱਲ ਆਪ ਖਿਲਾਣਾ ਸਾਂ। ਸਮਝੀ ਅੱਗੇ ਕੋਈ ਨਾ, ਅੱਜ ਪੂਰੀ ਰਾਤ ਨਹੀਂ ਸੁੱਤੀ, ਪਹਿਲੇ ਵੱਡੀ ਦਾ ਸਰ ਚੁੰਮਦੀ ਏ, ਪਹਿਲੇ ਛੋਟੀ ਦੀਆਂ ਕਿਸਮੀਆਂ, ਪਹਿਲੇ ਹਸਨ ਦੇ ਰੁਖਸਾਰ, ਪਹਿਲੇ ਹੁਸੈਨ ਦਾ ਗੱਲ, ਪਹਿਲੇ ਅਲੀ ਦੇ ਘਰ ਦੀਆਂ ਦੀਵਾਰਾਂ ਦੇਖ ਕੇ ਅਦੀ ਨਬੀ ਦੀ ਧੀ ਦਾ ਆਖਰੀ ਸਲਾਮ। ਮੈਂ ਬਿਸਮਿਲ੍ਲਾ ਕਰਾਂ। ਅੱਲਾ ਪਾਕ ਕਰੇ ਆਸੂ ਕਬੂਲ ਫਰਮਾਓ, ਸਾਂਤ ਸਰੋਨੇ ਬੈਠੇ ਹੋ ਸਦਕੇ ਤੀਵਾਂ, ਰਾਤ ਜਲਦੀ ਵਧੀ ਆਈ, ਜਿਹੜਾ ਵੀ ਫਿਜ਼ਾ ਮੰਜ਼ਰ ਲਿਖੇ ਹੱਥ ਚੁੰਮ ਗਿਆ ਦੀ ਭਾਵੇਂ ਤੋਂ ਉਜਾੜਨ ਤੇ ਜੁੜ ਗਈ। ਫਿਜ਼ਾ ਫੇਰ ਵਕਤ ਤੋਂ ਪਹਿਲੇ ਮੇਰੀਆਂ ਦੀਆਂ ਬੇਹਰਾਮ ਨਾ ਕਰ, ਅੱਜ ਦਾ ਲਹਜ਼ਾ ਮੈਂ ਤੁਹਾਡੇ ਚਾਂ, ਮੈਂ ਕੁਬਾਬੇ ਦੱਸੇ ਕੱਲ ਮੈਂ ਕੁਬਾਬੇ ਮਿਲਣਾ ਹੋਣਾ। ਤਹੱਜੁਦ ਨਮਾਜ਼ ਵਾਜਿਬ, ਤਾਕੀ ਬਾਅਦ ਨਮਾਜ਼ ਵਿੱਚ ਮਸਰੂਫ ਹੋਈ, ਕਾਇਨਾਤ ਦਾ ਇਮਾਮ ਨਮਾਜ਼ ਤੋਂ ਫਾਰਿਗ ਹੋ ਘਰ ਵਿੱਚ ਤਸ਼ਰੀਫ ਫਰਮਾ ਹੋਏ, ਬਾਦਸ਼ਾਹ ਜਿੱਥੇ ਹੀ ਕੇ ਟਾਈਮ ਦਾਈਆਂ ਤਰੇ ਕੰਮ ਇਕੱਠੇ ਪਈਆਂ ਤਰੇਂਦੀਆਂ, ਹਸਨੈਨ ਦੀਆਂ ਚੋਟੀਆਂ ਪਈਆਂ ਹੋਈਆਂ, ਪੋਸ਼ਾਕਾਂ ਸਾਫ਼ ਪਈਆਂ ਹੁੰਦੀਆਂ, ਖਾਣੇ ਪੱਕਦੇ ਉੱਥਾਂ ਲਿਖਾਂ, ਮਾਂ ਹਸਨ ਹੁਸੈਨ ਦੀ ਬੈਠੀ ਆਈ, ਨਬੀ ਦੀ ਧੀ ਮੇਰਾ ਸਲਾਮ, ਸਰ ਚਾ ਕੇ ਦੀ ਮੁਹੰਮਦ ਦੀ ਧੀ ਦੇ ਲੱਖ ਸਲਾਮ। ਯਾਰੀ ਮੈਂ ਸੁਣੇ ਮਦੀਨੇ ਦੇ ਲੋਕ ਤੁਹਾਡੇ ਤੇ ਸਲਾਮ ਨਹੀਂ ਕਰਨਗੇ, ਦਾੜੀ ਪੁਸਵਈ ਹਸਨੈਨ ਦੇ ਬਾਬੇ ਦੀ, ਪਰ ਮੈਨੂੰ ਨਬੀ ਦੀ ਧੀ ਮੈਂ ਸਲਾਮ ਬੁਲਾਵ, ਮੈਂ ਕੋਈ ਜਵਾਬ ਨਹੀਂ ਦੇਵੇ। ਮੈਂ ਬਿਸਮਿਲ੍ਲਾ ਕਰਾਂ, ਯਾਰੀ ਮੋਹਣੇ ਨਾ ਥੈ ਕਰੋ, ਤੁਹਾਡੇ ਉੱਤੇ ਅੱਲਾ ਦੇ ਰੂਹ ਸਲਾਮ ਭੇਜੇਂਦੇ, ਅੱਲਾ ਦੇ ਫਰਿਸ਼ਤੇ ਭੇਜੇਂਦੇ, ਮੇਰਾ ਬਾਬਾ ਭੇਜੇ, ਕਿਆਮਤ ਤੱਕ ਤੇ ਆਉਣ ਵਾਲੇ ਸਾਰੇ ਮੰਨਣ ਵਾਲੇ ਭੇਜੇ ਸਨ, ਮੇਰੇ ਲੱਖ ਕਰੋੜਾਂ ਦਰੂਦ ਸਲਾਮ ਹੈ ਜਾ ਰਹੀ ਤੁਹਾਡੇ ਤੇ। ਨਬੀ ਦੀ ਧੀ ਪੂਰੀ ਜ਼ਿੰਦਗੀ ਇੱਕ ਦਾਈਆਂ ਤੋਂ ਦੋ ਕੰਮ ਲਾਣੇ ਕਰਾਇਆ, ਅੱਜ ਤਰਾਏ ਇਕੱਠੇ ਠੱਡਾ ਸਾਫ਼ ਹਰ ਕੇ ਦੀ, ਤੂੰ ਹਰ ਸ਼ ਜਾਣ ਸ਼ਹਿਨ ਸਾਹਿਬ ਪਰ ਮੈਨੂੰ ਕੋਈ ਸ਼ੱਕ ਨਹੀਂ, ਮੈਂ ਜਾਣਦਾ, ਲੇਕਿਨ ਮੇਰਾ ਰੋਵਣ ਕਰਦੇ, ਮੈਂ ਤੇਰੇ ਦੁੱਖਾਂ ਕੋ ਰੱਜ ਕੇ ਰੋਣਾ ਖੋਜਦਾ, ਮੈਂ ਆਪਣੀ ਜ਼ੁਬਾਨੀ ਸੁਣਾ, ਠੰਡਾ ਸਾਹ ਭਰ ਕੇ ਦੀ ਮੇਰੀ ਅੱਜ ਬਾਬੇ ਦੀ ਤਿਆਰੀ। ਯਾਰੀ ਹਸਨੈਨ ਦੀਆਂ ਚੋਟੀਆਂ ਦੁਆਈ ਰਹਿੰਦੀਆਂ, ਮੇਰੇ ਬਾਗ ਬੇਟੀਆਂ ਨਾਲ ਦੱਸਣ, ਖਾਣੇ ਪਕਵਾ ਕੇ ਰੱਖੀ ਰਹਿੰਦੀਆਂ, ਤੁਸੀਂ ਮੇਰੇ ਕਫਨ ਦਫਨ ਚ ਰੁਜ ਬਸ ਭੁੱਖੇ ਦਾ। ਮੈਂ ਬਿਸਮਿਲ੍ਲਾ ਕਰਾਂ, ਯਾਰੀ ਮੇਰੀਆਂ ਚੰਦ ਵਸੀਅਤਾਂ ਹੈ, ਨਬੀ ਦੀ ਧੀ ਫਰਮਾ, ਯਾਰੀ ਮੇਰੀ ਪਹਿਲੀ ਵਸੀਅਤ ਹੈ, ਮੇਰਾ ਜਨਾਜ਼ਾ ਰਾਤ ਚ, ਮੇਰੇ ਜਨਾਜ਼ੇ ਦਾ ਐਲਾਨ ਨਾ ਕਰੇ ਉਹ ਲੋਕ ਮੇਰੇ ਜਨਾਜ਼ੇ ਚ ਨਾ ਆਵਣ ਜਿਹਨਾਂ ਮੈਂ ਕੁਛ ਛਿੜਕਾਂ ਲਿਖਾਂ। ਮੈਂ ਬਿਸਮਿਲ੍ਲਾ ਕਰਾਂ,
میری قبر دا نشان ایک نہ بنے سو کئی نشان بنے سو. یاری ہر رات میری دھی پتر میری قبر تھی سو. اگر سارے نام سگو تو حسین ضرور رہے سو. شہنشاہ فرمان نبی دی دھی وجہ کہے آدھی یا علی میں زخمی بہوا میرے زخموں دے علاج دا نام ہے حسین. میں بسم اللہ کرا سونے سونے جالی میرے ٹر ون دے بعد تصدی کو گھر تھوڑے یہ وجہ ہے یاری تص آدھے ہو میری کن دو گا گھر بھی تص آسو میں کوئی نہیں ہونا میری دھی کو لے جانا میری شہزادی کو شرم بہو آئی ہے جنگ دے مومن ہو تم بہو سونی مکان دیتی بیٹھے ہو. سیدان بارے تو سوال کرے گا شام غریبوں کا ویلا ہے جی پانچ سال کی عمر علی جائیں بابے نال لاوے ماں کی کنڈ لو نہ کر کے اللہ جانے یہ جائیں ویلے 90,000 بدماش مجمع بغیر برکے دیکھی گئی اللہ کو خوش کرتے وسیعت ڈھیر اتنے چھوڑا جا علی تو سمجھو میں پتر دھی گلا کرنی جی آئی ہے ساڈا میری چھوٹی دھی چاہ امام بہن دھی سمجھے سن کہیں چھوٹے بچے کی شالا ماں نہ مرے اگر ماں مرے تو وہ ماسی جی دی ہو میری سہنی کا بغیر جناب پیزا دیکھو ہی سن بہت چھوٹا آئی میری سہنی کا وڈی پانچ سال کی آئی چھوٹی اڑائی سال سدکے کی ہوا حسنین کو ساڈا سب تو پہلے بادشاہ حسین کا ہاتھ لگ کے پانچ سال کی دھی دے ہاتھ دے ہاتھ رکھس آلیا ہی بھیرا کی پارت بتول دی بتول دھی آئی اٹھی کھڑیے بعد زخمی حد چن کے دی میں بھی پارت دے ویا یہ مردے میں مستور ہوں یہ دی جڑی پارت میں پہ دینی ہے ایک پیاس بہن لگ دی ہے جڑا بھیرا پانی منگی کو پلا سن کے تھی گوا حسنین جی اما نانے کی قبر تے ونجو نا والا سن پیو کی قبر میں کوئی پاس کا درد آ گئی ہے میری شفا کی دعا بچڑے ٹر پائے پیزا بھین سامنے والی صندوق قبر و کا تلی گھنا بی بی گھن آئی آلیا جی اما یہ ڈبا آپ کھولو ڈبا کھولا سامنے والی گنڈ چو گنڈ کھولو اما ڈور چولے حسن جوان ہے حسین جوان ہے دو چھوٹے چولے کہنن کہ بھی ادھی میرے باپ پر بابا شادی کرے سی پر حیا لی اماؤں سی ہر کوئی مطرئی اماما کو ماسی سنیں دے تو ساں ماسدہ ہے اندھے بدنی چو اللہ ایک بھیرا دے سی ہے جنہا نام میں رکھی ہوئے نہیں ہے عباس جنہا غازی جم پوئے نہ نشانی مونٹ کا سوری میرے ہتھاں دے سیتے چولے پاویں میری قبر تے یہ ناویں تو کو آکے اما تیرے واسطے سیت کے رہ گئی ہے پریشانی چمکیا کہ عام مستور دا ہتھاں دا سیت ہویا چولا نہیں جہاں دے پتراں دے درزی اللہ دے نبی بننے او تیرے چولے سیت کے رہ گئی ہے میرے حسین بھی پارت ہوئی شریف کنڈ سننے ہیں بھائی گنڈ چاہ میں رومال ہے بیٹا قابو رکھ رہے ہیں میں قیمتی نہیں بھی ادی بھولی نہ راویں جہاں شریفت وقت آویں مٹی سونے تو مہنگی تھی ہوئی ہے ہمیں رومال کہڑے کم میں آنے بھی ادی کہے چجری جمعے دا نہیں نکال گھل ویسے تیرے بھرا دا ایک مہمان ہو سی جنا نہ ہو لو سی
ਬੱਚਿਆਂ ਦੀ ਪਛਾਣੀ ਤਰੇ ਫਲਾ ਤੀਰ ਲਗਾਇਓ ਸੀ। ਹੋਰ ਦੀ ਲਾਸ਼ ਚਾ ਕੇ ਹੁਸੈਨ ਤੇਰੇ ਖੈਮੇ ਦੇ ਬੂਹੇ ਤੇ ਆਸੀ ਤੇ ਗੁਆਕ ਸੀ ਕੱਪੜਾ ਦੇ ਕਿ ਵੀ ਅਜੇ ਸ਼ਰਮ ਨਾ ਕਰੀ ਰੁਮਾਲ ਚਾ ਕੇ ਦਰ ਤੇ ਆਪ ਬੰਨੇ ਹੋਰ ਕੁਮੇਲੇ ਸਲਾਮੀ ਦੇ ਮੈਂ ਹਾਲਤ ਉਮਨ ਫਿਜ਼ਾ ਬੇਨ ਜੀ ਅੰਦਰ ਮੁਸੱਲਾ ਪਾ ਰਹੇ ਹੋ ਇਹ ਤੇ ਤਸਕੀ ਦੀ ਆਵਾਜ਼ ਆਉਂਦੀ ਰਹੇ ਸਮਝਾਏ ਜੀਤੀ ਤਸਕੀ ਦੀ ਆਵਾਜ਼ ਮੁੱਕ ਬਣੇ ਸਮਝਾਏ ਦੁੱਖਾਂ ਤੋਂ ਜਿੰਦ ਛੁੱਟ ਗਈਏ ਏ ਮੇਰੇ ਬੱਚੜੇ ਆਵੇਨ ਮੇਰੀ ਮੌਤ ਦੱਸੇ ਪਹਿਲੇ ਖਾਣਾ ਖਵਾਏ ਪਾਣੀ ਪਿਲਾਏ ਮੇਰਾ ਹੁਸੈਨ ਪਿਆਸਾ ਬੱਚਾ ਤਸਬੀਹ ਦੀ ਆਵਾਜ਼ ਚੰਗਾ ਲੈ ਮੁੱਕ ਗਈ ਫਿਜ਼ਾ ਮੂੰਹ ਤੇ ਮਾਤਮ ਕਰਕੇ ਆਦੀ ਇਕੱਲਾ ਕਰ ਗਈ ਮੈਂ ਬਿਸਮਿਲਾ ਕਰਾਂ ਬਜ਼ੁਰਗਾ ਇਕੱਲਾ ਕਰ ਗਈ ਏ ਬਾਦਸ਼ਾਹ ਹਸਨ ਬਾਦਸ਼ਾਹ ਹੁਸੈਨ ਨਾਨੇ ਦੀ ਮਜ਼ਾਰ ਤੇ ਆਏ ਮੁਸੱਲੇ ਵਿੱਚ ਆਏ ਨਵਾਫਲ ਪੜ੍ਹੇ ਇੱਕ ਨਾਨੇ ਦੀ ਕਬਰ ਦੇ ਸੱਜੇ ਇੱਕ ਖੱਬੇ ਨਾਨੇ ਨਾਲ ਨੂੰ ਗੱਲਾਂ ਕੀਤੀਆਂ ਨੇ ਹੇ ਇਜਾਜ਼ਤ ਅੱਲਾਹ ਤੋਂ ਵਸਤਾ ਰੱਖੀ ਯਾਰ ਤੁਸੀਂ ਬਹੁਤ ਸੋਹਣੇ ਹੁੰਦੇ ਬੈਠੇ ਹੋ ਪਹਿਲੇ ਵੀ ਪਹਿਲੇ ਹਸਨ ਆਖੇ ਨਾਨਾ ਸਾਡੀ ਅੰਮਾ ਬਿਮਾਰ ਹੈ ਸ਼ਿਫਾ ਦੀ ਦੁਆ ਮੰਗਣਾ ਹੈ ਜੰਗ ਵਾਲੇ ਕੋਈ ਜਵਾਬ ਨਹੀਂ ਵੱਤ ਨਾਨੇ ਦੀ ਖਬਰ ਕੁਹਾਨ ਅੱਲਾਹ ਕਹਿੰਦੇ ਨਾਨਾ ਸਾਡੀ ਮਾਂ ਕੋ ਪਾਸ ਦਾ ਦਰਦ ਖਾ ਗਈ ਸ਼ਿਫਾ ਦੀ ਦੁਆ ਮੰਗਣਾ ਹੈ ਕੋਈ ਜਵਾਬ ਨਹੀਂ ਆਇਆ ਹੁਸੈਨਾ ਦੇ ਹਸਨ ਤੂੰ ਹੈ ਅਮੀਰ ਮੈਂ ਹੂੰ ਗਰੀਬ ਤੂੰ ਹੱਟ ਨਾਨੇ ਨਾਲ ਗੱਲਾਂ ਮੈਂ ਆਪ ਕਰੇਗਾ ਇਸ ਵੇਲੇ ਕਰਾਂ ਬਾਈ ਬਕਲ ਮਾਰ ਕੇ ਆ ਦੇ ਨਾਨਾ ਨਾਨਾ ਤੇਰੇ ਟੁਰਨ ਦੀ ਦੇਰ ਆਈ ਤੇਰੇ ਉਮਤੀਆਂ ਸਾਰੇ ਤੇ ਬਹੁ ਜ਼ੁਲਮ ਕੀਤੇ ਸਖਤ ਮੈਂ ਪੜਦਾ ਨਾ ਤੂੰ ਜਾਣ ਮੈਂ ਨਾਨਾ ਸਾਰੇ ਦਰ ਤੇ ਆਏ ਅੰਮਾ ਦਾ ਹੱਥ ਜ਼ਖਮੀ ਅੰਮਾ ਖੜ ਕੇ ਨਮਾਜ਼ ਨਹੀਂ ਪੜ ਸਕਦੇ ਨਾਨਾ ਸਾਡੀ ਅੰਮਾ ਬਿਮਾਰ ਹੈ ਸਾਰੀਆਂ ਬਹਿਣੀ ਪਈਆਂ ਰੋਂਦੀਆਂ ਨੇ ਸ਼ਿਫਾ ਦੀ ਦੁਆ ਮੰਗਣਾ ਹੈ ਅੱਲਾਹ ਕੋਲ ਸ਼ਿਫਾ ਗਿਣਾ ਰੇ ਜੰਗਲੇ ਤੁਸੀਂ ਚੁੱਪ ਕਰ ਗਏ ਨਬੀ ਦੀ ਕਬਰ ਆਇਰਾ ਤਈ ਹਲੀ ਕਮਲ ਤਈ ਬਹਿਰੇ ਤਾਜ ਲਖੋਏ ਮਿੱਟੀਆਂ ਹਲਦੀਆਂ ਹੋਈਆਂ ਹਕਰ ਮਾਰ ਕੇ ਆਦੇ ਵੱਲ ਵੰਜੋ ਮਰ ਗਈ ਕਸਮ ਨਿੱਕੀ ਔਲਾਦ ਵਾਲੇ ਜਿਹੜੇ ਆਖਣੇ ਮਾਂ ਮਰ ਗਈ ਵੇ ਛੋਟੀਆਂ ਹਵਾ ਚ ਮੁਲਕ ਨਾਲੇ ਇਹਨਾਂ ਨੇ ਪਾਤੀਆਂ ਅਮਾ ਮੈਂ ਗੱਲ ਚ ਅਮਾ ਮਖਰੇ ਦੇ ਗੱਲ ਤੋਂ ਦੌੜੇ ਜਿਹੜੇ ਹਾਜੀ ਬੈਠੀ ਉਹ ਮਦੀਨੇ ਦੇ ਸਵਾਰ ਉਹ ਤਈਦ ਕਰੇ ਨਾਲ ਆਈ ਫਤੂਲ ਦੀ ਹਵੇਲੀ ਅੱਲਾ ਗਵਾਏ ਘਰ ਹਕਲ ਮਾਰ ਕੇ ਅਗਨ ਅੰਮਾ ਫਿਜ਼ਾ ਸਾਰੀ ਮਾਂ ਖਿਨ ਗਈਏ ਜੰਗਲੇ ਫਿਜ਼ਾ ਚੁੱਪ ਕਰ ਗਈ ਆ ਜੀ ਆਓ ਮੇਰੇ ਲਾਲ ਤੁਹਾਨੂੰ ਪਾਣੀ ਪਿਲਾਵਾਂ ਤੁਹਾਨੂੰ ਖਾਣਾ ਖਵਾਵਾਂ ਅੱਲਾ ਗਵਾਏ ਹਸਨ ਤੇ ਚੁੱਪ ਕਰ ਗਏ ਹੁਸੈਨਾ ਦੇ ਅੰਮਾ ਮੈਂ ਰੋੜੇ ਮੈਂ ਹੁਸੈਨਾ ਅੰਮਾ ਇਨਸਾਫ ਨਾਲ ਦੱਸਾ ਜਿਨ੍ਹਾਂ ਦੀਆਂ ਮਾਵਾਂ ਪਰ ਮੈਨੂੰ ਖਾਣੇ ਨਹੀਂ ਖਾਂਦੇ ਅਮਾ ਦਰਵਾਜ਼ਾ ਖੋਲ ਮੈਂ ਮਾਫ ਮਿਲਦਾ ਫਿਜ਼ਾ ਜੀ ਥੋੜੀ ਦੇਰ ਸਬਰ ਕਰ ਮਾਂ ਮੰਨਾ ਫਰ ਗਈ ਆਵੀ ਅੱਲਾ ਗਵਾਏ ਜਿਹੜਾ ਮੰਨਾ ਦਾ ਲੱਭਦਾ ਹਸਨ ਤਾਂ ਚੁੱਪ ਕਰ ਗਏ ਹੁਸੈਨ ਰੋ ਗਿਆ ਤੇ ਮੇਰੇ ਵਾਸਤੇ ਮੰਨਾ ਕਰ ਗਈ ਆਈ ਕਦਰ ਨਾ ਖੋਲ ਮੈਂ ਹੁਸੈਨਾ ਅੱਲਾ ਗਵਾਏ ਜਿਹੜਾ ਹੁਸੈਨ ਆਖੇ ਮੈਂ ਹੁਸੈਨਾ ਮੁਹੰਮਦ ਦੀ ਦੀ ਮਈਅਤ ਹਰ ਗਈ ਹੈ ਹਕਲ ਮਾਰ ਗਿਆ ਜੀ ਫਿਜ਼ਾ Yeah.
ਭਰੇ ਬੈਠੇ ਹਾਏ ਰਾਤ ਢਲ ਪਈ ਅਰੀ ਮੁਹੰਮਦ ਜੀ ਦੇ ਕਫਨ ਦੇ ਬੰਦ ਖੋਲੇ ਸੋਹਣੇ ਉਹਨੇ ਬੈਠੇ ਅਲੀ ਅੱਲਾ ਗਵਾਏ ਗਹਿਰੇ ਅਲੀ ਕਫਨ ਦੇ ਬੰਦ ਖੋਲੇ ਤਾਰੀ ਸਾਦੀ ਅਲੀ ਦੀਵਾਰ ਨਾਲ ਟੱਕਰ ਮਾਰ ਟੱਕਰ ਮਾਰ ਕੇ ਬਥੂਰ ਤੇਰੇ ਦੁੱਖ ਅਲੀ ਕੋ ਬੁਢੜਾ ਕਰ ਗਏ ਢਲੀ ਹੋਈ ਰਾਤ ਆਈ ਪਰਵਿੰਦਰ ਹਸਨੈਨ ਮਾਂ ਦਾ ਮੂੰਹ ਦੇਖ ਹਸਨ ਆਏ ਹੁਸੈਨ ਪਰੇ ਬੈਠੇ ਆਦਾ ਬੈਠੇ ਅਮੀਰੇ ਮੈਂ ਹਰੀਮਾ ਅਲੀ ਹਕਲ ਮਾਰੀਏ ਫਿਜ਼ਾ ਜੀ ਮੇਰੀਆਂ ਧੀਆਂ ਸਾਦ ਛੋਟੀ ਸੈਨ ਘੁੰਮਿਆ ਮੰਚਾਏ ਵੱਡੀ ਸੈਨ ਆ ਪਈ ਫਿਜ਼ਾ ਦਾ ਦਮ ਨੱਥਿਆ ਦੀ ਬਾਬੇ ਖੁਆ ਕੰਮਾਂ ਦੇ ਮਈਆ ਤੂੰ ਹੱਠ ਮੰਨੇ ਮੈਨੂੰ ਵਾਲ ਖੁੱਲੇ ਮੈਂ ਸ਼ਰਮ ਆਉਂਦੀ ਅੱਲਾ ਗਵਾਏ ਲੋਣ ਵਾਲੇ ਲੋਕ ਆਲੀ ਆਈ ਆਈ ਛੋਟੀ ਬੀਬੀ ਆਈ ਹਸਨ ਆਇਆ ਦਈਆਂ ਆਈਆਂ ਹੁਸੈਨ ਪਰੇ ਬੈਠੇ ਹਕਲ ਮਾਰ ਗਿਆ ਤੇ ਬੈਠੇ ਨਾ ਮੈਂ ਗਰੀਬ ਹਸਨ ਅਮੀਰੇ ਅੱਲਾ ਗਵਾਏ ਅਲੀ ਹਕਲ ਮਾਰੀ ਆਲੀਆ ਬੇਟਾ ਜੀ ਬਾਬਾ ਜਾਨ ਮਿਹਰਬਾਨੀ ਕਰ ਵੰਡੇ ਦੇ ਬਿਲਾ ਖੁਆਖ ਮਾ ਦਾ ਮੂੰਹ ਦੇਖੇ ਜੰਗ ਵਾਲੇ ਕੋਈ ਵੱਖਰਾ ਪਿਆ ਰਹੀ ਭੈਣ ਫਿਰਾ ਦਾ ਬਈ ਵਧਾ ਕੇ ਅਲੀ ਸ਼ਫੀਰ ਆ ਅੰਮਾ ਦਾ ਮੂੰਹ ਦੇਖ ਸ਼ਰੀਫ ਉਥਨਾ ਉਧਾਰ ਚੈਨ ਜਿਤਨਾ ਕੱਲ ਹਾ ਸੰਗੇਲ ਅੱਲਾ ਗਵਾ ਗਏ ਦੇ ਬੇਣ ਸਦੈ ਹੁਸੈਨ ਹੀ ਵੀ ਆਏ ਜਿਵੇਂ ਦੇਖਦੇ ਪਾਸੇ ਪਾਣੀ ਆਦੇ ਮਾਂ ਦੇ ਗੱਲ ਵਹੀ ਪਈਆਂ ਨੇ ਪੇਸ਼ਾ ਵੀ ਚਮਕਿਆ ਦੇ ਅੰਮਾ ਜਵਾਬ ਮੈਂ ਹੁਸੈਨਾ ਕੋਈ ਜਵਾਬ ਨਹੀਂ ਆਦੇ ਅੰਮਾ ਮੈਰੋ ਦੇਖ ਮੈਂ ਤੈਨੂੰ ਹਕਲਾ ਖੜਾ ਮਰੇ ਨਾ ਕੋਈ ਜਵਾਬ ਨਹੀਂ ਆ ਸਤਾਰਾ ਕਦਮ ਪਿੱਛਾ ਹਟ ਗਏ ਹਕਲ ਮਾਰ ਕੇ ਆਦੇ ਆਲੀ ਅਭੇਣ ਹੁਣ ਮੈਂ ਦੇਦਾ ਮੇਰੇ ਨਾਲ ਅੰਮਾ ਕਿਵੇਂ ਨਹੀਂ ਲੈਂਦੀ ਹੈ ਨਿੱਕੇ ਨਿੱਕੇ ਹੱਥ ਮੱਥੇ ਤੇ ਰੱਖੇ ਆਦੇ ਅੰਮਾ ਬੇਸ਼ਕ ਨਾ ਬੋਲ ਮੈਂ ਕਰ ਭਲਾ ਦਾ ਗਰੀਬਾ ਅੰਮਾ ਅੱਜ ਤੂੰ ਨਾ ਲੈਂਦੀ ਕਰ ਯਾਰਾਂ ਦੀ ਰਾਤ ਸੇ ਮੈਂ ਅੱਲਾ ਗਵਾਏ ਰੋਣ ਵਾਲੇ ਲੋਕ ਹੁਸੈਨ ਰੁਨੇ ਆਲੀਆ ਰੁਨੀ ਜ਼ਮੀਨ ਮਦੀਨਾ ਚ ਬੰਭਾਏ ਅਲੀ ਬਾਦਸ਼ਾਹ ਦਾ ਮੁੰਡਾ ਹਲੇ ਸੀ ਆਲੀ ਅੱਲਾ ਪਿਆ ਦਈ ਹੁਸੈਨ ਤੇ ਆਲੀਆ ਕੋ ਬਤੂਲ ਦੇ ਮਈਆ ਤੂੰ ਜੁਦਾ ਕਰ ਅਰਸ਼ਾ ਤੇ ਮਾਤਾ ਮੇ ਹੂਰਾ ਮਰਣ ਵਾਲੀ ਮਲਕ ਮਰਣ ਵਾਲੇ ਰੋਣ ਵਾਲੇ ਲੋਕ ਅੱਲਾ ਗਵਾਏ ਹੁਸੈਨ ਦੇ ਹੱਥੀ ਚਲੀ ਨਾ ਪੈਂਦੇ ਸੱਤ ਕਦਮਾਂ ਤੇ ਗਿਣਵੇਂ ਦੇ ਨਿੱਕੇ ਨਿੱਕੇ ਹੱਥ ਹੁਸੈਨ ਮਿਲਦੇ ਆਦੇ ਬਾਬਾ ਮੇਰੀ ਮਾਂ ਕੋਈ ਵਕਤ ਮੇਕੂ ਮਾਂ ਦਾ ਆਖਰੀ ਮੋੜੇ ਖੰਡੇ ਫਿਜ਼ਾ ਲਿਆ ਦਾ ਹੱਥ ਨਾ ਪੈਂਦੀ ਅੰਮਾ ਮਾਂ ਕਰਕੇ ਆ ਝੜਦੀਏ ਚੰਗਾ ਲੈ ਮੈਂ ਆ ਗਲਾ ਨਾ ਜ਼ੈਨਬ ਤੇ ਹੁਸੈਨ ਤੁਹਾਡਾ ਚੰਗਾ ਨਸੀਬ ਆਪਣਾ ਘਰ ਮਾਂ ਦਾ ਜਨਾਜ਼ਾ ਹਟਾਵਣ ਵਾਲਾ ਪਿਓ ਹੈ ਆਰਾਮ ਨਾਲ ਹਟੇਗਾ ਅੱਲਾ ਗਵਾਏਗੀ ਹੁਸੈਨ ਦੀ ਮਈਆ ਥਈ ਇਹਦੀ ਚਾਰ ਸਾਲ ਧੀ ਆਈ ਕਹਿ ਖਿਜੜੀ ਆਈ ਜੰਮੇ ਬਜੀ ਆਦੀ ਗਿਰ ਢਲੀ ਆਈ ਆਈ ਕਹਿਣ ਮਈਆ ਤੂੰ ਹੱਥ ਲੈਂਦੀ ਆਈ ਸ਼ਿੰਦਰ ਦੀ ਨਸਲ ਤਬਾਹ ਹੋਵੇ ਇਹਨੂੰ ਪਿਆਰ ਕਰਿਆ ਕਹਿਣ ਇਹਨੂੰ ਪਿਆਰ ਕਰਿਆ ਕਰਮਾਰ ਕਿਆ ਦੀਆਂ ਨਮਾਰ ਮੇਰੇ ਛੁੜਾਵਣ ਵਾਲਾ ਚਾਚੇ ਦੇ ਗੱਲ ਨਹੀਂ ਪਾ ਕੇ ਅੱਜ ਅੱਖੀ ਬਾਲ ਬੈਠਾ ਸਾਈਆਂ ਕੱਢ ਕੱਢ ਗੱਲ ਕਰੇ
تے مہدے پیوکو شنگر پنیما ہر زرب تے قیدا نا چیندا اسمت دا پا رواج کے یاد ہے شریعت کے آدھی کئی تم پیا کوئی مرے بے وطن کوئی مرے کیوں امت پشا کی اتاری حسین مسافر دے کیوں امت پشا کی اتاری حسین مسافر دے اللہ گواہ جھنگا لے کسگی حسین میری زبان طاقت نہیں جو میں آکھیں ظالم دے بچے کیویں چاہے میں یو کو زیادہ رانا بے ادبی نال چاہ کے چرائے حسین دی دھی جھولی بنا کے ادی ہاتھ کاٹ میرے پیو دیا زلفاں تو کے باشندہ قوم جفا دا کانڈ خالی دے کے بابے دی تو کار نہیں ظلمہ کوئی مرے بے وطن دے لوگ کوئی مرے بے وطن دے لوگ کفانے کوئی مرے امت پشا کی اتاری حسین مسافر دے راستے میں نہ جائیں دے بازو آتے تے آئی کل سادات کو نالے جیڑا سائے نہیں سنگدا بھینی دی کوئی غیر سوڑے آ چادر دے بیٹھی پڑ دی آئی بھی نماز پڑا کوئی مرے بے وطن دے لوگ کفانے کوئی مرے بے وطن دے لوگ کفانے
ਕੋਈ ਮਰੇ ਬੇਵਤਾਨੇ ਦਿਲ ਲੋਗ ਕਫਾਨੇ ਕੋਈ ਮਰੇ ਰੋਣ ਵਾਲੇ ਲੋਕ ਜਿਹੜੇ ਪਾਸੇ ਕਾਤਲ ਵੇਂਦੇ ਧੀ ਜੋੜੀ ਬਣਾ ਕੇ ਅੱਜ ਮੈਂ ਕੁੜੇ ਪੁੱਛਾਵਣ ਦਰਾ ਨਹੀਂ ਆਉਂਦਾ ਮੇਰੇ ਵਾਂ ਧੀ ਦੁਠਾਏ ਵਾ ਤੂੰ ਟਿੱਬੇ ਦੁਠਾਏ ਜਿੱਥਾਂ ਵੇਣ ਖੜੀ ਆਈ ਹੈ ਵੇਣ ਦੇ ਪਾਸੇ ਦੇ ਕੇ ਫਰਮੇਂਦੇ ਵੇਂਦੇ ਨੇ ਜਡਾ ਸ਼ਾਹ ਮਵਨਾ ਹੈ ਗਲਿਆ ਸ਼ਾਮ ਮਨਾ ਹੈ ਨ ਸਕੀ ਗਾ ਤੂੰ ਨਿਸ਼ਾਨ ਸਮਾ ਹੈ ਤੇ ਪਿਆਰ ਕਰਾ ਤੇ ਨਾ ਰੋਣ ਦੀਵਾ ਰੁਲ ਗਈ ਦੁਖ ਤਾਰ ਬੇਚਾਰੀ ਹੋ ਸਾਰੇ ਨਮਸਾ ਸ਼ਾਮ ਮਨਾ ਹੈ ਗਲਿਆ ਦਰ ਖਾਏ ਸਕੀਨਾ ਤੂੰ ਨਿਸ਼ਾ ਹੈ ਤੂੰ ਕੌਣ ਸਮਾ ਹੈ ਤੇ ਪਿਆਰ ਰੁਲ ਗਈ ਦੁੱਖ ਤਾਰ ਵਿੱਚ ਹੁਸੈਨ ਖਿਆਲ ਕਰੇ ਭੇਣੀ ਕੋਈ ਜਵਾਬ ਦਿੱਤੇ ਲੋ ਕੋਈ ਨਾ ਬੀਬੀ ਆਦੀ ਹੈ ਹੁਸੈਨ ਤੂੰ ਤਾਂ ਮੈਂ ਆਲੀਆ ਕਪੜੇ ਗਾਲੀ ਚਵਾ ਲੈ ਅੱਖ ਪਾ ਕੇ ਮਾਂ ਖੋਰੀ ਸਲਾ ਅੱਖ ਪਾ ਕੇ ਮਾਂ ਕੀਤੀ ਭੈਣ ਕਲਾਮ ਮੱਲਾ ਗੁਲਾਮ ਕਿਵੇਂ ਬੈਸੀ ਭੈਣ ਕਚਾਰੀ ਹੋ ਸਾਰੇ ਨਮਸਾ ਕੀਮਤੀ ਪਾਲ ਕਟਵਾ ਅੱਖ ਪਾ ਕੇ ਮਾਂ ਸਰੀ ਸਲਾ ਅੱਖ ਪਾ ਕੇ ਮਾਂ ਸਲਾ ਅੱਖ ਪਾ ਕੇ ਮਾਂ
شام ہو سی پل کیویں وے سی ابھین کچاری حسین موسیٰ نہیں نہیں بھائی سیدا جھوڑی چاک دعا منگدا امین آکھے منگی کر دعا شل کہیں دی دھی تھی اوکھاوے لناوے اگلی دعا اے جلے جوان رو دے بیٹھے ہو دھی آتے اوکھے وے لے آمین شل پے کند گھر وستے ہوئے اللہ دوائے گھنگا لے علی دی دھی تے وے لے اوکھے پے کا گھر پہلے لٹا گئے نو بھی آمان گئے پتی جن کوئی نہیں میری سین خاک شفا دا برکا پائے ایو جی ہمیں لے نجب دے پاس دے کیا دی کھڑی آگ آن بجھا سادے خیمی آنی تے کار جلدی نجب دا شاہے او پاگ لاکھ بدما آشدے مجمع ویچے دیا رہ گیا نیتن کتی بھین کلام ایک ملات غلام جس دی شام ہو سی بل کیوے ویسی ابھین کچاری ہو سین مسافر دی رومن علی لوگوں اللہ گلائے شام غریبان دے لے لے بار لکھنے نلی دیاں دیاں بھلک دے نہیں آخری بان سن میں دعا منگا چھوٹی بھین ودید گل بھائی پاکیا دی دعا مانگ شالا خیر ہوئی بھراد سینے دا تاویز نیوی لفدا میری سین اچھٹی بیت چڑیا دی حسین تیرے سینے تے سمایا لی بھی نئی لفدی شہید آزم دی لاش کر وٹ بدلیے ہوں پاس جتھس جتا بھین کھری آئی سیادہ بیانا اچھا بولے کر آرام گھنے پیچھے شام سنی دی پائی بادشاہ اللہ